ਖਾਲਸਾ ਅਕਾਲ ਪੁਰਖੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਗੁਰੂ ਪਿਆਰੇ ਖਾਲਸਾ ਜੀ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜੋ ਖੰਡੇ ਬਾਟੇ ਦੀ ਪੌਲ ਬਖਸ਼ ਕੇ ਆਪਣੇ ਖਾਲਸੇ ਨੂੰ ਵੱਖਰਾ ਜਹੋ ਜਲਾਲ ਬਖਸ਼ਿਆ, ਤੇ ਮੇਰੇ ਪਾਤਸ਼ਾਹ ਨੇ ਵਚਨ ਕੀਤਾ, ਜਿਹੜਾ ਖਾਲਸਾ ਪੰਜ ਕੱਕਿਆਂ ਦਾ ਧਾਰਨੀ ਹੋਵੇਗਾ, ਜਿਸ ਖਾਲਸੇ ਅੰਦਰ ਅਕਾਲ ਪੁਰਖ ਦੀ ਪੂਜਾ ਹੋਵੇਗੀ, ਉਸ ਖਾਲਸੇ ਵਿੱਚੋਂ ਸਾਡੇ ਦਰਸ਼ਨ ਦਿਦਾਰੇ ਹੋਣਗੇ। ਖਾਲਸੇ ਦਾ ਜਹੋ ਜਲਾਲ ਵਿਸ਼ਵ ਜਥਾ ਸੰਗਤਾਂ ਦੇ ਸਾਹਮਣੇ ਇਹ ਇਉਂ ਪੇਸ਼ ਕਰ ਰਿਹਾ। ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ, ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ, ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ। ਲੋਹੇ ਦੀਆਂ ਕੜੀਆਂ ਚ ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ, ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ, ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ। ਇੱਕ ਓਂਕਾਰ ਦਾ ਸਾਜਿਆ ਕਮਾਲ ਖਾਲਸਾ, ਨਿਰਭਉ ਸੂਰਬੀਰ ਅਣਖੀ ਬੇਮਿਸਾਲ ਖਾਲਸਾ, ਗੁਰਾਂ ਦੀ ਭਗਤੀ ਦੇ ਸ਼ਕਤੀ ਦੀ ਟਕਸਾਲ ਖਾਲਸਾ, 230 ਸਾਲਾਂ ਦਾ ਸਬਰ ਅਤੇ ਕਾਲ ਖਾਲਸਾ, ਜ਼ਾਲਮਾਂ ਲਈ ਕਾਲ ਰੋਮੀ ਮਸੂਮਾਂ ਦੀ ਢਾਲ ਖਾਲਸਾ, ਸਦਾ ਚੜ੍ਹਦੀ ਕਲਾ ਵਿੱਚ ਰਹੇ ਬੋਲੇ ਸੋ ਨਿਹਾਲ ਖਾਲਸਾ। ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ, ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ, ਖਾਲਸੇ ਤੋਂ ਸੋਹਣਾ ਕੋਈ ਹੋਣਾ ਨਾ ਜਹਾਨ ਤੇ।
ਖਾਲਸੇ ਤੋਂ ਸੋਹਣਾ।